ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜੀ ਦਿਨ 32ਵਾਂ, ਸਵੇਰੇ ਉੱਠ ਕੇ ਆਪਾਂ ਪੀਤਾ ਹੈ ਸਭ ਤੋਂ ਪਹਿਲਾਂ ਪਾਣੀ। ਪਾਣੀ ਪੀਣ ਤੋਂ ਬਾਅਦ ਆਪਾਂ ਚੱਲ ਗਏ ਹਾਂ ਜੀ ਰਨਿੰਗ ਲਾਉਣ। ਰਨਿੰਗ ਲਾਉਣ ਤੋਂ ਬਾਅਦ ਆਪਾਂ ਲਾਏ ਨੇ ਛਪਾਟੇ, ਛਪਾਟੇ ਲਾਉਣ ਤੋਂ ਆਪਾਂ ਲਾਏ ਨੇ ਡੰਡ। ਡੰਡ ਮਾਰ ਕੇ ਫਿਰ ਆਪਾਂ ਕੀਤੀ ਥੋੜ੍ਹੀ ਐਕਸਰਸਾਈਜ਼। ਐਕਸਰਸਾਈਜ਼ ਕਰਨ ਤੋਂ ਬਾਅਦ ਆਪਾਂ ਸ਼ੁਰੂ ਕਰਤੀ ਸਟ੍ਰੈਚਿੰਗ। ਸਟ੍ਰੈਚਿੰਗ ਕਰਨ ਤੋਂ ਬਾਅਦ ਆਪਾਂ ਆ ਗਏ ਹਾਂ ਜੀ ਹੁਣ ਆਪਣੇ ਘਰੇ। ਬਦਾਮ ਦੇ ਖਰੋਟਾ ਵਾਲਾ ਦੁੱਧ ਕਰ ਲਿਆ ਤਿਆਰ, ਉਹਨੂੰ ਛਕ ਲਿਆ। ਛਕਣ ਤੋਂ ਬਾਅਦ ਆਪਾਂ ਪਹੁੰਚ ਗਏ ਸਿੱਧਾ ਜਿਮ, ਅਤੇ ਜਿਮ ਜਾ ਕੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਲਾਈ ਆ ਡੈਡ ਲਿਫਟ। ਅਤੇ ਇਹ ਆ ਜੀ 220 ਕਿਲੋ ਦੀ ਡੈਡ ਲਿਫਟ ਜਿਹੜੀ ਆਪਾਂ ਲਾ ਰਹੇ ਹਾਂ। ਅਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਆਪਣੇ ਘਰੇ। ਘਰੇ ਜਾ ਕੇ ਆਪਾਂ ਛਕ ਗਏ ਆਪਣੀ ਮੀਲ। ਹੁਣ ਵੱਜ ਗਏ ਨਰਾਤੇ 12, ਅਤੇ ਲਾਵਾਂਗੇ ਇੱਕ ਜਕਾਰਾ। ਖੁਸ਼ੀਆਂ ਅੱਧੇ ਜਕਾਰੇ ਜਾਵੇ, ਨਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ।